ਭਾਈ ਤੁਹਾਨੂੰ ਲੇਖਾਂ ਦੀ ਗੱਲ ਸੁਣਾਉਣੇ ਅੱਜ। ਜਿਵੇਂ ਸਿਆਣੇ ਕਹਿੰਦੇ ਹੁੰਦੇ ਆ, ਪਹਿਲਾਂ ਆਦੇ ਹੁੰਦੇ ਸੀ ਬੁੜੇ, ਉੱਠ ਜੀ ਬਰਮਾ ਨੂੰ ਲੇਖ ਜਾਣਗੇ ਨਾਲੇ। ਹੁਣ ਤੁਹਾਨੂੰ ਇਹ ਲੇਖ ਜਿਹੜੇ ਸੰਯੋਗ ਹੁੰਦੇ ਆ ਉਹਨਾਂ ਬਾਰੇ ਕਹਾਣੀ ਸੁਣਾਉਣੇ। ਅੱਗੇ ਸੁਣੋ, ਇੱਕ ਕੋਈ ਬਾਦਸ਼ਾਹ ਸੀ ਤਾਂ ਉਹਨਾਂ ਦੇ ਰਾਜ ਦੇ ਮਹਿਲਾਂ ਦੇ ਮਗਰ ਇੱਕ ਝੁੱਗੀ ਵਾਸ ਆ ਕੇ ਬਹਿ ਗਈ। ਤਾਂ ਉਹਨਾਂ ਦੇ ਮੁੰਡਾ ਹੋਇਆ ਝੁੱਗੀ ਵਾਸਾਂ ਦੇ, ਤਾਂ ਜਿਹੜਾ ਰਾਜਾ ਸੀ ਉਹਦੇ ਕੁੜੀ ਹੋਈ, ਵਿਆਹ ਮਾਤਾ ਆਈ। ਜਦੋਂ ਟੱਪਣ ਲੱਗੀ, ਰਾਜੇ ਕਿਹੜੇ ਘੱਟ ਸੀ, ਅੱਗੇ ਬੜੇ ਤਪੱਛੀ ਹੁੰਦੇ ਸੀ। ਅੱਗੇ ਤੂੰ ਮਾਤਾ, ਅੱਗੇ ਮੈਂ ਲੇਖ ਲਿਖਣ ਜਾਂਦੀ ਹਾਂ, ਤੇਰੇ ਕੁੜੀ ਹੋਈ ਆ। ਉਹ ਆਹਦਾ ਵੀ ਮੈਨੂੰ ਦੱਸ ਕੇ ਜਾਈ ਜਾਣ ਲੱਗੀ। ਉਹ ਆਹਦੀ ਵੀ ਠੀਕ ਆ, ਉਹਦੇ ਲੇਖ ਅਤੇ ਸੰਯੋਗ ਲਿਖ ਕੇ ਜਦੋਂ ਆਈ ਤਾਂ ਉਹ ਦੱਸ ਆਹਦਾ ਵੀ ਮਾਤਾ ਦੱਸ। ਉਹ ਆਹਦੀ ਮੈਂ ਸੰਯੋਗ ਅਤੇ ਲੇਖ ਸਭ ਕੁਛ ਲਿਖੇ ਜੀ। ਅਤੇ ਉਹ ਆਹਦਾ ਵੀ ਸੰਯੋਗ ਫਿਰ ਕਿੱਥੇ ਲਿਖੇ? ਉਹ ਆਹਦਾ ਵੀ ਜਿਹੜੇ ਤੇਰੇ ਮਗਰਲੇ ਪਾਸੇ ਝੁੱਗੀ ਵਾਸ ਬੈਠੇ ਆ ਉਹਨਾਂ ਦੇ ਮੁੰਡਾ ਜਨਮਿਆ, ਉਹਦੇ ਨਾਲ ਸੰਯੋਗ ਆ ਇਹਦੇ। ਜਦੋਂ ਇੰਨਾ ਆਖਿਆ ਉਹਨੂੰ ਤਾਂ ਰਾਜਾ ਉਹਨੂੰ ਆਖਦਾ ਵੀ ਮਾਤਾ ਤੂੰ ਬਹੁਤ ਗਲਤ ਕਰਤਾ ਹੈ, ਮੈਂ ਰਾਜਾ ਇਹ ਝੁੱਗੀ ਵਾਸ। ਉਹ ਆਖਦਾ ਆਹਦੀ ਭਾਈ ਸੰਯੋਗ ਉਹਦੇ ਨਾਲ ਬਣਦੇ ਸੀ, ਮੈਂ ਉਹਦੇ ਨਾਲ ਲਿਖਾਂ। ਹੁਣ ਉਹਦੇ ਸੰਯੋਗ ਲਿਖਤੇ, ਸੰਯੋਗ ਲਿਖ ਕੇ ਹੁਣ ਜਾਣਾ ਸੀ ਮਾਤਾ ਜਾਵੜੀ। ਅਤੇ ਉਹਨੇ ਤੜਕੇ ਸੋਚਿਆ ਅਤੇ ਆਪੇ ਸੰਯੋਗ ਕਿਤੇ ਹੋਰ ਬਣ ਜਾਣਗੇ। ਤਾਂ ਉਹਨਾਂ ਨੇ ਤੜਕੇ ਜਲਾਦਾਂ ਨੂੰ ਸੱਦਿਆ, ਤਾਂ ਉਹ ਹੁਣ ਉਹਨਾਂ ਤੋਂ ਮੁੰਡਾ ਲਿਆਏ ਉਹਨਾਂ ਤੋਂ ਰਾਜੇ ਅੱਗੇ। ਉਹਨਾਂ ਦਾ ਵਿਚਾਰਿਆਂ ਦਾ ਕੀ ਜ਼ੋਰ ਸੀਗਾ? ਉਹਨਾਂ ਨੇ ਉਹ ਮੁੰਡੇ ਨੂੰ ਆਖਿਆ ਵੀ ਇਹਨੂੰ ਮਾਰ ਕੇ ਅਤੇ ਲਿਆਇਓ, ਮਤਲਬ ਆ ਜਾਇਓ। ਤਾਂ ਉਹ ਹੁਣ ਜਦੋਂ ਗਏ ਤਾਂ ਨਿੱਕਾ ਜਿਹਾ ਜਵਾਕ ਵੇਖਿਆ ਜਲਾਦਾਂ ਨੇ, ਅਤੇ ਉਹਨਾਂ ਦਾ ਜੀ ਨਾ ਕਰਿਆ। ਉਹਨਾਂ ਨੇ ਕਰਿਆ ਕੀ ਕਿ ਕੋਈ ਤੁਲਾ ਬਣਾ ਲਿਆ ਸਰਾਂ ਦਾ, ਬਣਾ ਕੇ ਉਹਦੇ ਉੱਤੇ ਪਾ ਕੇ ਅਤੇ ਨਦੀ 'ਚ ਤਾਰਤਾ। ਹੁਣ ਨਦੀ 'ਚ ਤਾਰਤਾ ਜਦੋਂ, ਅਤੇ ਹੁਣ ਤਰਦਾ ਜਾਂਦਾ ਵਿਚਾਰਾ। ਅੱਗੇ ਨਦੀ ਦੇ ਵਿਚਾਲੇ ਕੋਈ ਟਾਪੂ ਸੀਗਾ, ਉਹਦੇ ਵਿੱਚ ਜਾ ਕੇ ਉਹ ਉੱਥੇ ਸੰਤ ਰਹਿੰਦਾ ਸੀਗਾ। ਉੱਥੇ ਜਦੋਂ ਸੰਤ ਨੇ ਵੇਖਿਆ ਤਾਂ ਉਹ ਮੁੰਡਾ ਕੱਢ ਲਿਆ, ਮੁੰਡੇ ਦਾ ਪਾਲਣ ਪੋਸ਼ਣ ਕਰਿਆ, ਤਾਂ ਮੁੰਡਾ ਜਵਾਨ ਹੋ ਗਿਆ। ਮੁੰਡਾ ਜਵਾਨ ਹੋ ਗਿਆ ਜਦੋਂ, ਤਾਂ ਉਹਨੇ ਉਸ ਨੂੰ ਸੰਤ ਦਾ ਮਰਨ ਦਾ ਟਾਈਮ ਆ ਗਿਆ, ਆਹਦਾ ਵੀ ਮੈਨੂੰ ਸੰਸਕਾਰ ਕਰਕੇ ਮੇਰਾ, ਅਤੇ ਤੂੰ ਜੇ ਤਾਂ ਇੱਥੇ ਰਹਿਣਾ ਹੋਵੇ ਤਾਂ ਠੀਕ ਆ, ਨਹੀਂ ਤੁਲਾ ਸਰਾਂ ਦਾ ਬਣਾ ਕੇ ਅਤੇ ਬਾਹਰ ਨਿਕਲ ਜਾਈ ਕਿਸੇ ਦੂਰ ਧਰਤੀ 'ਤੇ। ਉਹ ਕਹਿੰਦਾ ਵੀ ਠੀਕ ਆ, ਰੌਣਕ ਲਾਉਣ ਲੱਗ ਗਿਆ ਵਿਚਾਰਾ। ਸੰਤ ਨੇ ਸੱਸ ਦੇਤੇ, ਉਹਦਾ ਸੰਸਕਾਰ ਕਰਤਾ ਉਹਨੇ, ਸੰਸਕਾਰ ਕਰਕੇ ਕੁਛ ਦਿਨ ਰਿਹਾ। ਉਸ ਤੋਂ ਬਾਅਦ ਉਹਨੇ ਸੋਚਿਆ ਵੀ ਆਪਾਂ ਵੀ ਕਿਸੇ ਪਿੰਡ ਜਾਵੜੀਏ ਬਾਹਰ। ਉਹਨੇ ਤੁਲਾ ਬਣਾਇਆ, ਤੁਲੇ ਦੇ ਉੱਤੇ ਬੈਠਾ ਅਤੇ ਬਾਹਰ ਨਿਕਲ ਗਿਆ। ਨਦੀ ਤੋਂ ਨਿਕਲ ਕੇ ਕਿਸੇ ਸ਼ਹਿਰ 'ਚ ਜਾ ਵੜਿਆ। ਹੁਣ ਉਸ ਸ਼ਹਿਰ ਦਾ ਜਿਹੜਾ ਰਾਜਾ ਸੀਗਾ ਉਹ ਗੁਜ਼ਰਿਆ ਸੀ, ਤਾਂ ਉਹਨਾਂ ਨੇ ਕਹਿ ਰੱਖਿਆ ਸੀਗਾ ਵੀ ਜਿਹੜਾ ਕੋਈ ਤੜਕੇ ਆਪਣੇ ਬਾਰ ਦੇ ਵਿੱਚ ਬਾਰ ਖਿਲਾਊਗਾ ਉਹਨੂੰ ਆਪਾਂ ਰਾਜਾ ਬਣਾਵਾਂਗੇ। ਉਹ ਹੁਣ ਬਾਰ ਦੇ ਵਿੱਚ ਵਿਚਾਰਾ ਬੈਠਾ ਰਿਹਾ, ਤੜਕੇ ਜਦੋਂ ਬਾਰ ਖੋਲ੍ਹਿਆ ਤਾਂ ਉਹ ਉਹਨਾਂ ਨੇ ਫੜ ਲਿਆ, ਫੜ ਕੇ ਲੈ ਗਏ ਰਾਜ 'ਚ। ਰਾਜ 'ਚ ਲਿਜਾ ਕੇ ਉਹਨੂੰ ਕੰਗੋ ਦੀ ਕਟੋਰੀ ਪਾਤੀ, ਰਾਜ ਤਿਲਕ ਦੇਤਾ। ਜਿਹੜਾ ਉਹਦਾ ਪਿਓ ਬਣਿਆ ਸੀ ਫਿਰ ਰਾਜਾ, ਉਹ ਜਿਹੜਾ ਗੁਜ਼ਰਿਆ ਪਿਓ ਹੀ ਹੋ ਗਿਆ ਉਹਦਾ, ਉਹਦਾ ਕਿਰਨ ਜੋ ਕੋਈ ਹੁੰਦਾ ਮਰੇ ਬਾਅਦ ਆਪਾਂ ਕਰਦੇ ਹਾਂ ਉਹ ਕਰਵਾਇਆ, ਰਾਜ ਉਹਨੂੰ ਦੇਤਾ। ਉਹ ਰਾਜ ਤਾਂ ਹੁਣ ਗੱਦੀ 'ਤੇ ਬਹਾਤਾ ਵਿਚਾਰਾ, ਅਤੇ ਆਪਦਾ ਕੰਮ ਰਾਜ ਦਾ ਕਰਦਾ ਰਿਹਾ। ਵਾਹਵਾ ਚਿਰ ਹੋਇਆ, ਤਾਂ ਜਿਹੜੋਂ ਉਹ ਕੁੜੀ ਜਵਾਨ ਹੋ ਗਈ, ਉਹ ਰਾਜੇ ਨੇ ਬੰਦੇ ਭੇਜਤੇ, ਅੱਗੇ ਬੰਦੇ ਹੀ ਭੇਜਦੇ ਸੀਗੇ, ਜਿਵੇਂ ਨਾਈ ਭੇਜਤਾ, ਪੰਡਿਤ ਭੇਜਤੇ ਵੀ ਕੁੜੀ ਦਾ ਰਿਸ਼ਤਾ ਕਰਕੇ ਆਓ। ਤਾਂ ਉਹ ਰਿਸ਼ਤਾ ਕਰਿਆ ਏ ਉਸੇ ਮੁੰਡੇ ਨੂੰ, ਉਸੇ ਮੁੰਡੇ ਨੂੰ ਜਦੋਂ ਰਿਸ਼ਤਾ ਕਰਕੇ ਆ ਗਏ ਅਤੇ ਵਿਆਹ ਹੋ ਗਿਆ, ਵਿਆਹ ਹੋ ਗਿਆ। ਵਿਆਹ ਹੋਏ ਤੋਂ ਬਾਅਦ ਆਉਣ ਜਾਣ ਲੱਗ ਗਏ, ਤਾਂ ਕੁਛ ਦਿਨ ਹੋਏ ਤਾਂ ਉਹ ਸਹੁਰੇ ਆਇਆ ਜਦੋਂ, ਤਾਂ ਉਹ ਜਿਹੜੀ ਉਹਦੇ ਘਰ ਵਾਲੀ ਰਾਣੀ ਸੀ ਉਹਨੇ ਦੇਖਿਆ ਵੀ ਮੜੰਗਾ ਜਿਹਾ ਐਂ ਆ ਵੀ ਜਿਵੇਂ ਰਾਜਿਆਂ ਦਾ ਪੁੱਤ ਨਹੀਂ ਹੁੰਦਾ ਏ,
ਤਾਂ ਉਹਨੂੰ ਸ਼ੱਕ ਪੈ ਗਿਆ। ਤਾਂ ਸ਼ੱਕ ਪਏ ਬਾਅਦ ਉਹ ਰਾਜੇ ਨੂੰ ਕਹਿੰਦੇ ਵੀ ਕੋਈ ਗੱਲ ਦੱਸਣੀ ਸੀ ਤੁਹਾਨੂੰ, ਜੇ ਤੁਸੀਂ ਸੁਣੋ। ਉਹ ਕਹਿੰਦਾ ਵੀ ਦੱਸੋ। ਉਹ ਕਹਿੰਦੀ ਪਹਿਲਾਂ ਬਚਨ ਦੇ। ਉਹਨੇ ਬਚਨ ਦੇ ਤੇ, ਜਿਵੇਂ ਕੱਲ ਪਹਿਲਾਂ ਬਚਨ ਦੇ ਦਿੰਦੇ ਸੀ ਤਾਂ ਉਹ ਬਚਨ ਤੋੜਦੇ ਨਹੀਂ ਸੀਗੇ। ਜਦੋਂ ਬਚਨ ਦੇ ਤੇ ਤੇ ਉਹ ਕਹਿੰਦੀ ਵੀ ਮੈਨੂੰ ਐਂ ਸ਼ੱਕ ਪੈਂਦਾ ਵੀ ਜਿਹੜਾ ਮੁੰਡਾ ਇਹ ਆਪਣਾ ਜਵਾਈ ਬਣਿਆ, ਇਹ ਉਹੀ ਮੁੰਡਾ ਕਿ ਜਿਹੜਾ ਆਪਾਂ ਮਾਰਨ ਵਾਸਤੇ ਭੇਜਿਆ ਸੀ। ਉਹ ਆਹਦੀ ਫਿਰ ਆਹਦਾ ਫਿਰ ਹੁਣ ਆਪਾਂ ਕਿਵੇਂ ਕਰੀਏ, ਪਤਾ ਕਿਵੇਂ ਕਰੀਏ। ਉਹ ਆਹਦੀ ਵੀ ਤੁਸੀਂ ਐਂ ਕਰਿਓ ਵੀ ਉਹ ਜਦੋਂ ਬੈਠਾ ਆਪਾਂ ਰੋਟੀ ਖਾਵਾਂਗੇ ਇਕੱਠੇ, ਉਦੋਂ ਤੂੰ ਪੁੱਛੀ ਵੀ ਤੇਰੇ ਪਿਓ ਨਾਲ ਤੂੰ ਜਾਂਦਾ ਹੁੰਦਾ ਸੀ ਰਾਜਿਆਂ ਕੋਲ, ਕਿਹੜਾ ਨਾਲ ਤੇਰੇ ਪਿਓ ਦਾ ਰਾਜ ਮਿਲਣ ਜੁਲਣ ਸੀ, ਕਿਹੜਾ ਨਾਲ ਕ੍ਰੋਧ ਸੀ ਵੈਰ, ਅਤੇ ਉਸ ਬਾਰੇ ਦੱਸ ਮੈਨੂੰ। ਉਹਨੇ ਜਦੋਂ ਰੋਟੀ ਖਾਣ ਲੱਗੇ ਤਾਂ ਉਹਨੇ ਪੁੱਛਿਆ ਤਾਂ ਉਹ ਮੁੰਡੇ ਨੇ ਜਵਾਬ ਦਿੱਤਾ ਆਹਦਾ ਵੀ ਮੈਨੂੰ ਇਸ ਗੱਲ ਬਾਰੇ ਕੋਈ ਪਤਾ ਨਹੀਂ, ਮੈਂ ਤਾਂ ਇੱਕ ਸੰਤ ਕੋਲ ਰਹਿੰਦਾ ਸੀ ਅਤੇ ਸੰਤ ਨੇ ਮੈਨੂੰ ਪਾਲਿਆ ਸੀ ਨਦੀ 'ਚ ਤਰੀ ਆਉਂਦੇ ਨੂੰ, ਉਦੋਂ ਅੱਗੇ ਦਾ ਮੈਨੂੰ ਪਤਾ ਨਹੀਂ, ਅਤੇ ਸੰਤ ਗੁਜ਼ਰ ਗਿਆ ਮੈਂ ਇੱਥੇ ਆ ਗਿਆ, ਇਹਨਾਂ ਨੇ ਮੈਨੂੰ ਰਾਜ ਦੇ ਤਾ ਜਦੋਂ ਮੈਂ ਬਾਹਰ 'ਚ ਬੈਠਾ ਸੀ ਤੜਕੇ ਬਾਹਰ ਖੋਲਿਆ, ਅਤੇ ਮੈਨੂੰ ਪਤਾ ਨਹੀਂ ਵੀ ਮੇਰੇ ਪਿਓ ਦਾ ਕਿਹਦੇ ਨਾਲ ਲੈਣ ਦੇਣ ਸੀ, ਕਿਹਦੇ ਨਾਲ ਆਉਣ ਜਾਣ ਸੀ, ਕਿਹਦੇ ਨਾਲ ਵੈਰ ਸੀ। ਤਾਂ ਕਿ ਮੇਨ ਇਹ ਆ ਵੀ ਦੇਖ ਜਿਹੜਾ ਕੰਮ ਸੰਜੋਗਾਂ ਦਾ ਅਤੇ ਕਰਮਾਂ ਦਾ ਇਹ ਹੋ ਕੇ ਰਹਿੰਦਾ ਬਾਈ। ਇੰਨੀ ਬਾਤ ਆ, ਸਤਿ ਸ਼੍ਰੀ ਅਕਾਲ।